ਲੋ ਵੀ ਕਿੰਨੀ ਨਿਕਲੀ, ਕਿੱਥੇ ਵੇਚੀ ਆ ਅਤੇ ਕੀ ਆਪਾਂ ਨੂੰ ਇਹਦਾ ਰੇਟ ਮਿਲਿਆ। ਆ ਜਾਓ ਆਪਾਂ ਕਰਦੇ ਹਾਂ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ। ਚੱਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਕਿਸਾਨ ਭਰਾਵੋ। ਮੂੰਗੀ ਦੀ ਫਸਲ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਆਪਣੇ ਕਣਕ ਵਾਲੇ ਵਾਹਣ ਦੇ ਵਿੱਚ ਬੀਜੀ ਹੋਈ ਸੀ ਕਣਕ ਤੋਂ ਬਾਅਦ। ਸੋ ਵਧੀਆ ਝਾੜ ਰਿਹਾ ਆਪਣਾ, ਵਧੀਆ ਆਪਣਾ ਖਰਚਾ ਪਾਣੀ ਮੋੜ ਗਈ ਹੈ। ਸੋ ਜੋ ਸਰਕਾਰਾਂ ਰੌਲਾ ਪਾਉਂਦੀਆਂ ਵੀ ਮੈਂ MSP ਦਿੱਤੀ 8600 ਰੁਪਈਆ, ਇਹੋ ਜਿਹਾ ਕੁਛ ਨਹੀਂ ਕਿਸਾਨ ਭਰਾਵੋ। ਮੂੰਗੀ ਉੱਥੇ ਆਪਣੀ ਇਹ ਬੋਲੀ 'ਤੇ ਵਿਕਣੀ ਆ, ਅਗਲੇ ਨੇ ਮਰਜ਼ੀ ਦੇ ਨਾਲ ਖਰੀਦਣੀ ਆ। ਸੋ ਆਪਾਂ ਜਿੰਨਾ ਕਰ ਸਕਦੇ ਹਾਂ ਵੀ ਆਪਾਂ ਨੂੰ ਵੱਧ ਤੋਂ ਵੱਧ ਸੁਕਾ ਕੇ ਲੈ ਕੇ ਚੱਲੀਏ। ਸੋ ਆਪਾਂ ਨੂੰ ਉਹੀ 200-400 ਰੁਪਏ ਦਾ ਰੇਟ ਵੱਧ ਮਿਲ ਜਾਂਦਾ, ਅਤੇ ਸਰਕਾਰਾਂ ਨੇ ਆਪਾਂ ਨੂੰ ਜੋ ਦੇਣਾ ਉਹਦਾ ਆਪਾਂ ਨੂੰ ਸਭ ਨੂੰ ਪਤਾ ਹੀ ਆ। ਸੋ ਆਪਾਂ ਇਹ ਮੋਗਾ ਮੰਡੀ 'ਤੇ ਵੇਚ ਕੇ ਆਏ ਹਾਂ, ਇਹ ਮੋਗਾ ਮੰਡੀ ਦੀ ਤਸਵੀਰਾਂ ਤੁਹਾਡੇ ਸਾਹਮਣੇ ਆ। ਸੋ ਬਾਰਿਸ਼ ਹੋ ਰਹੀ ਆ, ਬਹੁਤ ਵਧੀਆ ਝਾੜ ਨਿਕਲਿਆ ਅਤੇ ਬਹੁਤ ਸਾਫ਼ ਮੂੰਗੀ ਸੀ, ਮੋਟੀ ਵਧੀਆ ਅਤੇ ਸੁੱਕੀ, ਅਤੇ ਮੋਗਾ ਮੰਡੀ 'ਤੇ ਵੇਚੀ ਆਪਾਂ। ਇਹਦਾ ਝਾੜ ਕਿਸਾਨ ਭਰਾਵੋ 3.5 ਤੋਂ 4 ਕੁਇੰਟਲ ਦੇ ਵਿੱਚ ਰਿਹਾ ਕਿੱਲੇ ਦਾ, ਅਤੇ ਆਪਾਂ ਨੂੰ ਜਿਹੜਾ ਮੁੱਲ ਮਿਲਿਆ, ਆਪਾਂ ਨੂੰ ਰੇਟ ਮਿਲਿਆ 7750 ਰੁਪਏ ਮਿਲਿਆ, 7750 ਆਪਾਂ ਨੂੰ ਇਹਦਾ ਮੁੱਲ ਮਿਲਿਆ। ਸੋ ਵਧੀਆ, ਚਲੋ ਆਪਣਾ ਖਰਚਾ ਪਾਣੀ ਵਧੀਆ ਮੋੜ ਗਈ ਆ। ਅਤੇ ਬਸ ਇਹੀ ਬੇਨਤੀ ਆਪਣੀ ਵੀ ਉਹਨੂੰ ਸੁਕਾ ਕੇ ਲੈ ਕੇ ਜਾਓ, ਜਿੰਨੇ ਸੁੱਕੀ ਹੋ ਗਈ ਉਨਾ ਆਪਾਂ ਨੂੰ ਚਲੋ ਰੇਟ ਦੇ ਵਿੱਚ ਫਰਕ ਪੈ ਜਾਂਦਾ। ਸੋ ਮੋਗਾ ਮੰਡੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, 50 ਕਿਲੋ ਦੀ ਭਰਤੀ ਹੈ ਜੀ। ਸੋ ਬਾਕੀ ਆੜ੍ਹਤੀ ਜੋ ਆਪਣਾ ਕੱਟ ਕਟਾ ਕੇ ਆਪਾਂ ਨੂੰ ਮਾੜਾ ਮੋਟਾ ਆਪਣਾ ਦੇ ਦਿੰਦਾ, ਉਹ ਤੁਸੀਂ ਆਪੇ ਕਰ ਲਿਓ। ਸੋ ਮੋਗਾ ਮੰਡੀ 50 ਕਿਲੋ ਦੀ ਭਰਤੀ ਤੁਹਾਡੇ ਸਾਹਮਣੇ ਆ। ਸੋ 3.5 ਤੋਂ 4 ਕੁਇੰਟਲ ਦੇ ਵਿੱਚ ਆਪਣਾ ਇਹ ਝਾੜ ਰਿਹਾ ਮੂੰਗੀ ਦਾ, 1142 ਸੀਗਾ ਇਹ ਜੀ। ਸੋ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵੀਡੀਓ ਨੂੰ ਕਰ ਲਓ ਸ਼ੇਅਰ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ।